ਪਤਾ ਕੀਤਾ ਤੇ ਸਾਡਾ ਉਸ ਟਾਈਮ ਥੋੜੇ ਦਿਨ ਘੱਟਦੇ ਸੀ, ਕਿਸੇ ਦੇ ਦੋ ਕਿਸੇ ਦੇ ਚਾਰ। ਸਾਨੂੰ ਕਿਹਾ ਸੀ ਵੀ ਜਿਵੇਂ ਜਿਵੇਂ ਤੁਹਾਡੇ ਦਿਨ ਪੂਰੇ ਹੋਈ ਜਾਣਗੇ, 10 ਸਾਲ ਪੂਰੇ ਹੋਈ ਜਾਣਗੇ, ਤੁਹਾਨੂੰ ਰੈਗੂਲਰ ਕੀਤਾ ਜਾਊਗਾ। ਪਰ ਹੁਣ 7 ਮਹੀਨੇ ਹੋ ਗਏ, ਸਾਡੀ ਕੋਈ ਸੁਣਵਾਈ ਨੀ ਹੋ ਰਹੀ। ਜਦੋਂ ਵੀ ਅਸੀਂ ਜਾਂਦੇ ਹਾਂ ਤਾਂ ਬਸ ਸਾਨੂੰ ਲਾਰੇ ਲਾਉਂਦੇ ਨੇ, ਕਹਿ ਦਿੰਦੇ ਨੇ ਵੀ ਹਾਂ ਹੋ ਗਿਆ, ਹਰਜੋਤ ਮੈਂ ਕਹਿੰਦੇ ਨੇ ਵੀ ਹੋ ਗਿਆ ਜਾਓ, ਕੰਮ ਤਾਂ ਹੋਇਆ ਪਿਆ, ਜਦੋਂ ਕਿ ਸਾਨੂੰ ਹਜੇ ਤੱਕ ਆਰਡਰ ਨੀ ਮਿਲੇ। ਸਰ ਮੈਂ ਖੁਦ ਉਹਨਾਂ ਨਾਲ 4 ਮੀਟਿੰਗਾਂ ਕਰਕੇ ਆਈ ਆ। 1 ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਕਿਹਾ 6:30 ਵਜੇ ਮੀਟਿੰਗ ਹੋਏਗੀ ਤੁਹਾਡੀ, ਸਾਨੂੰ ਉਹਨਾਂ ਨੇ 9:30 ਵਜੇ ਜਾ ਕੇ ਮੀਟਿੰਗ ਦਿੱਤੀ। ਜਦੋਂ ਅਸੀਂ ਜਾ ਕੇ ਕਿਹਾ ਵੀ ਅਸੀਂ ਲੇਡੀਜ਼ ਅਸੀਂ ਰਾਤ ਨੂੰ ਕਿੱਥੇ ਜਾਵਾਂਗੇ, ਤੇ ਕਹਿੰਦਾ ਜਿਹੜੇ ਪਹਿਲਾਂ ਬੋਲ ਸਕਦੇ ਹੈ ਨਾ ਉਹਨਾਂ ਨੂੰ ਕਹਿੰਦਾ ਸਭ ਤੋਂ ਬਾਅਦ ਚ ਸੱਦਣਾ। ਹਰਜੋਤ ਸਿੰਘ ਬੈਂਸ ਸਾਨੂੰ ਸਾਹਮਣੇ ਦੀ ਮੂੰਹ ਤੇ ਕਹਿਣ ਲੱਗਾ ਕਿ ਅਸੀਂ ਅਸੀਂ ਧੀਆਂ ਭੈਣਾਂ ਨੀ ਹੈਗੀਆਂ ਜਿਹੜੇ ਸਾਨੂੰ ਉਹ ਇੰਨੇ ਉੱਚੀ ਬੋਲਣ ਲੱਗ ਗਏ ਸੀਗੇ। ਅਸੀਂ ਤਾਂ ਉਹਨਾਂ ਕੋਲੋਂ ਆਪਣਾ ਹੱਕ ਹੀ ਮੰਗਦੇ, ਜਿਹੜਾ ਜਾਇਜ਼ ਹੱਕ ਅਸੀਂ ਉਹ ਮੰਗਦੇ ਹਾਂ। ਕਹਿੰਦਾ ਵੀ ਟੀਚਰ ਇੰਨੇ ਘੱਟ ਤਨਖਾਹ ਤੇ ਕੰਮ ਕਰ ਰਹੇ, ਮੈਨੂੰ ਰੋਣ ਆ ਰਿਹਾ ਹੈਗਾ। ਬੈਂਸ ਸਾਹਿਬ ਕਹਿੰਦੇ ਜਿੱਥੇ 6,000 ਤੇ ਪਹਿਲਾਂ ਵੀ ਯਾਰਾ ਕਰਦੇ ਸੀ, ਹੁਣ ਕਿਹੜਾ ਮਰਦ ਵਾ, ਹੁਣ ਵੀ ਕਰ ਲਓ, ਹੁਣ ਵੀ ਕਰੀ ਜਾਓ, ਕਹਿੰਦੇ 6,000 ਤੇ ਤੁਸੀਂ। ਉਹਨਾਂ ਦੀ ਇਹ ਵਰਡਿੰਗ ਸੀ ਸਾਡੇ ਲਈ। ਸਰ ਜੇ ਕੋਈ 90,000 ਨੀ ਹੋਣਾ ਸਾਡਾ, ਸਿਰਫ ਜਿਹੜੀ ਆਮ ਆਦਮੀ ਪਾਰਟੀ ਵਾਲੇ ਨੇ ਸਿਰਫ 18,000 ਕਰਨਾ ਜੀ, 6,000 ਉਸ ਨੂੰ ਸਾਡਾ 12,000 ਰੁਪਇਆ ਵਧਣਾ। ਕੋਈ ਟੀਏ ਨੀ, ਡੀਏ ਨੀ ਜੀ, ਕੁਛ ਨੀ ਹੈਗਾ ਉਸ ਤੋਂ ਬਿਨਾਂ। ਸਿਰਫ ਸਾਡਾ ਇੰਕਰੀਮੈਂਟ ਸਾਲ ਦਾ 5% ਇਹਨਾਂ ਨੇ ਵਧਾਇਆ ਜੀ। ਊਂ ਤਾਂ ਬੈਨਰ ਲਾ ਤੇ 12,710 ਅਸੀਂ ਪੱਕੇ ਕਰਤੇ, ਜਿਹਦੇ ਵਿੱਚ ਪੱਕੇ ਵਾਲੀ ਕੋਈ ਗੱਲ ਨੀ, ਸਿਰਫ ਸਾਡਾ ਤਨਖਾਹ ਵਾਧਾ ਕੀਤਾ। ਸਰ ਦੇ ਦਿੰਦੇ ਹਾਂ ਜੀ ਹੁਕਮ। ਸਿਰ ਮੱਥੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਮੇਰਾ ਤਾਂ ਫਰਜ਼ ਆ ਨਾ, ਤੇ ਫਿਰ ਤੁਸੀਂ ਰੋਟੀ ਤਾਂ ਖਾਚੀ ਦੀ ਇੰਨੇ ਦੇਣਗੇ, ਮੈਂ ਤਾਂ ਪੂਰੀ ਕੋਸ਼ਿਸ਼ ਕਰੂੰਗਾ, ਤੁਹਾਡਾ ਨੁਮਾਇੰਦਾ ਹੈ, ਫਿਰ ਮੈਂ ਤਾਂ ਕਰੂੰਗਾ ਜੀ। ਪਰ ਤੁਸੀਂ ਰੋਟੀ ਤਾਂ ਖਾਤੀ ਸੀ, ਜਲਬ ਜੰਮੀ ਹੋਈ, ਹਰੇ ਵਾਈ ਜੰਮੀ ਆ, ਉੱਤੋਂ ਇੱਟ ਵੀ ਡਿੱਗ ਕੇ ਆਈ ਸਰ, ਕੁਛ ਵੀ ਹੋ ਸਕਦਾ ਜੀ। ਬਿਸਕਿਟ ਭੇਜ ਦੀਏ ਜਾਂ ਬ੍ਰੈਡ ਭੇਜ ਦੀਏ? ਨਹੀਂ ਸਰ, ਸਾਨੂੰ ਕੁਛ ਨੀ ਚਾਹੀਦਾ ਜੀ। ਟੈਂਕੀ ਦੀ ਹਾਲਤ ਇੰਨੀ ਕੁ ਖਸਤਾ ਜੀ ਕਿ ਸਿਰਫ ਉੱਪਰ 3 ਪੌੜੀਆਂ ਨੇ ਸਾਡੇ ਬੈਠਣ ਵਾਸਤੇ, ਸਾਰੀ ਟੈਂਕੀ ਤੇ ਤ੍ਰਿਪ ਤ੍ਰਿਪ ਕਰਕੇ ਪਾਣੀ ਚ ਆਈ ਜਾਂਦਾ, ਸਾਰੀ ਟੈਂਕੀ ਤਰੇੜਾ ਛੱਡੀ ਬੈਠੀ ਹੈ, ਇੱਥੇ ਕੋਈ ਵੀ ਨੁਕਸਾਨ ਹੋ ਸਕਦਾ ਕਿਸੇ ਵੀ ਟਾਈਮ, ਇੰਨੀ ਕੁ ਬੁਰੀ ਹਾਲਤ ਹੈ ਟੈਂਕੀ। ਸਾਡੀ ਹਜੇ ਤੱਕ ਨਾ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਕੋਈ ਕਾਰ ਨੀ ਲਿਆ। ਪਾਣੀ ਤਾਂ ਪਾਣੀ ਹੈਗਾ ਤਾਂ ਦੇਖੋ, ਪਾਣੀ ਹੈਗਾ, ਪਾਣੀ ਆ ਬਾਲਟੀ ਹੈਗੀ ਆ ਰੱਖੀ ਹੋਈ ਹੈ ਬਾਲਟੀ। ਇਹ ਗੱਲ ਬਾਕੀ ਬਾਲਟੀ ਹੈਗੀ, ਮੈਂ ਦੇਖੋ ਹੁਣ ਲੇਡੀਜ਼ ਆ, ਬਾਥਰੂਮ ਜਾਣਾ ਅਸੀਂ ਇੰਨੇ ਦਿਨ ਹੋ ਗਏ ਸੀ ਉੱਪਰ ਹੀ ਕਰਦੀਆਂ, ਪੜਦੇ ਲਾ ਲਾ ਕੇ ਕਰਦੀਆਂ। ਅੱਜ ਮੈਂ ਉੱਥੇ ਗਈ ਆ, ਕਾਂਸਟੇਬਲ ਇੱਥੇ ਮੈਨੂੰ ਬਾਹ ਤੋਂ ਫੜ ਲਿਆ। ਲੇਡੀਜ਼ ਕਾਂਸਟੇਬਲ ਰੱਖੋ ਤੁਸੀਂ, ਲੇਡੀਜ਼ ਨੂੰ ਹੱਥ ਲਾਣ ਉਹਨਾਂ ਦਾ ਮਤਲਬ ਨਹੀਂ ਹੱਥ ਲਾਣ ਦਾ, ਬੰਦੇ ਦਾ ਕੰਮ ਕੀ ਹੈ ਹੱਥ ਲਾਣ ਦਾ, ਚਾਹੇ ਉਹ ਪੁਲਿਸ ਵਾਲਾ ਹੀ ਆ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਜੇ ਅਸੀਂ ਇਸੇ ਧੱਕੇ ਖਾਂਦੇ ਹਾਂ ਤੇ ਅੱਜ ਅਸੀਂ ਸਾਡੀ ਮਜਬੂਰੀ ਹੈ ਸਾਡੀ, ਅਸੀਂ ਤਾਂ ਇੱਥੇ ਬੈਠੇ ਹਾਂ, ਸਾਨੂੰ ਕੋਈ ਸ਼ੌਕ ਥੋੜੀ ਆ, 3 ਦਿਨ ਤੋਂ ਅਸੀਂ ਉੱਪਰ ਬੈਠੇ ਹਾਂ।
ਘਰ ਦੀਆਂ ਮਜਬੂਰੀਆਂ ਹੈਗੀਆਂ, ਫਾਦਰ ਸਾਹਿਬ ਮੇਰੇ ਹੈ ਨੀ, 6000 ਗੁਜ਼ਾਰਾ ਕਰਦੀ ਆ, ਭਰਾ ਦਾ ਕੰਮ ਨੀ ਚੱਲਦਾ, ਮਾਂ ਬੁੜੀ ਆ ਵਿਚਾਰੀ ਬਿਮਾਰ ਰਹਿੰਦੀ ਆ, ਇਹਨਾਂ ਦੇ ਨਿੱਕੇ ਨਿੱਕੇ ਬੱਚੇ ਆ ਉਹ ਧੱਕੇ ਖਾਂਦੇ, ਇਹ ਧਿਆਨ ਨਾਲ ਛੱਡ ਕੇ ਬੈਠੀਆਂ, ਮੇਰਾ ਵਿਆਹ ਨੀ ਹੁੰਦਾ, ਕਹਿੰਦੇ ਕੁੜੀ ਕਿੰਨਾ ਕਮਾਉਂਦੀ ਆ, ਅਸੀਂ ਤਾਂ 30000 35000 ਕਮਾਉਂਦੀ, ਅਸੀਂ ਤਾਂ ਰਿਸ਼ਤਾ ਕਰਾਂਗੇ, ਲੋਕੀ ਡਿਮਾਂਡਾਂ ਰੱਖਦੇ ਆ, ਅਸੀਂ ਕਿੱਥੇ ਨੂੰ ਜਾਈਏ ਜਾਣ ਲੈਣ, ਜੇ ਅਸੀਂ ਨਜਾਇਜ਼ ਹੋਈਏ ਇੱਥੋਂ ਦੇ ਪ੍ਰਸ਼ਾਸਨ ਆਏ ਫੋਨ ਕਰਕੇ ਕਹਿੰਦੇ ਕਹਿੰਦੇ ਤੁਹਾਨੂੰ ਕਹਿੰਦੇ ਕੀ ਮੰਗੋ, ਕਹਿੰਦੀ ਮੈਂ ਕਿਹਾ ਸਰ ਸਾਡੀ ਆਹ ਮੰਗ ਆ, ਸਾਨੂੰ ਪੱਕੇ ਨੀ, ਇਹਨਾਂ ਨੇ ਸਾਨੂੰ 18000 ਸੈਲਰੀ ਸਾਡੀ ਵੀ ਕਰ ਦੇਣਾ, ਸਾਡਾ 31 ਅਗਸਤ 2023 ਤੱਕ ਦਾ ਸਮਾਂ ਪੂਰਾ ਹੁੰਦਾ ਆ, ਕਹਿੰਦਾ ਜੀ ਏਦਾਂ ਕਿੱਦਾਂ ਤੁਹਾਨੂੰ ਪੱਕੇ, ਮੈਂ ਕਿਹਾ ਸਰ ਅਸੀਂ 10 ਸਾਲ ਜ਼ਿੰਦਗੀ ਦੇ ਦਿੱਤੇ ਆ, 8 ਮਹੀਨੇ ਉੱਪਰ ਲੰਘ ਗਏ ਸਾਡੇ, ਠੀਕ ਹੈ, ਜੇ ਅਸੀਂ ਗਲਤ ਹੋਈਏ ਸਾਨੂੰ ਗੋਲੀ ਮਾਰ ਦੋ, ਅਸੀਂ ਗਲਤ ਨੀ ਹੈਗੇ, ਅਸੀਂ ਸਹੀ ਆ, ਅਸੀਂ ਤਾਂ ਬੈਠੇ ਆ, ਸਾਨੂੰ ਸ਼ੌਕ ਨੀ ਹੈਗਾ ਉੱਪਰ ਬੈਠਣ ਦਾ, ਇੰਨਾ ਸਾਨੂੰ ਪਰੇਸ਼ਾਨ ਕਰਦੇ ਆ, ਇੱਥੇ ਰਹਿ ਕੇ ਵੀ ਪਰੇਸ਼ਾਨ ਕਰਦੇ ਆ, ਅਸੀਂ ਹੁਣ ਸ਼ਰਮ ਬੈਠੀ ਸਕੂਲਾਂ ਦੇ ਵਿੱਚ ਨਹੀਂ ਨਾ, ਅਸੀਂ ਰੱਖਦੇ ਛੋਟੇ ਛੋਟੇ ਬੱਚੇ ਲਿਆ ਕੇ ਸਕੂਲਾਂ ਦੇ ਵਿੱਚ ਅਸੀਂ ਐਡਮਿਸ਼ਨ ਕਰਵਾਉਣੇ ਹੈਗੇ, ਅਸੀਂ ਉਹਨਾਂ ਨੂੰ ਪੜ੍ਹਾ ਕੇ ਫਿਰ ਅਗਲੀਆਂ ਕਲਾਸਾਂ ਦੇ ਵਿੱਚ ਭੇਜ ਦਿਆ, ਜਿਵੇਂ ਆਪਾਂ ਘਰ ਦੀ ਨੀਂਵ ਨੀ ਹੁੰਦੀ ਜੀ, ਨੀਂਵ ਅਸੀਂ ਸਕੂਲਾਂ ਦੀ ਨੀਂਵ ਅਸੀਂ ਰੱਖਦੇ ਜੀ, ਛੋਟੇ ਬੱਚਿਆਂ ਨੂੰ ਪੜ੍ਹਾਈਏ ਫਿਰ ਐਡਜਸਟਮੈਂਟ ਹੁੰਦੀ ਹੈ, ਫਿਰ ਦੂਜੇ ਬੱਚਿਆਂ ਨੂੰ 5ਵੀਂ ਤੱਕ ਦੇ ਬੱਚਿਆਂ ਨੂੰ ਫਿਰ ਕਲਾਸਾਂ ਚ ਬਿਠਾਉਂਦੇ ਆ ਸਾਨੂੰ, ਵੀ ਇਹ ਵਿਹਲੇ ਨਾ ਬੈਠੇ ਰਹਿਣ, ਤੁਸੀਂ ਆਪ ਹੀ ਦੱਸੋ ਜੀ 6000 ਤੇ ਗੁਜ਼ਾਰਾ ਹੋ ਸਕਦਾ ਜੀ ਖਰਚ, ਫਿਰ ਸਾਡੇ ਨਾਲ ਮਤਰੇਈ ਮਾਂ ਵਾਲਾ ਹਾਲ ਕੀਤਾ ਇਹ ਸਰਕਾਰ ਨੇ, ਕਿਹੜੇ ਬੈਠਵੇਂ ਨੂੰ ਕਹੀਏ 12,710 ਤੱਕ ਤਾਂ ਪੱਕੇ ਕਰਦੇ, ਸਿਰਫ 150 ਅਧਿਆਪਕ ਨੂੰ ਕਿਉਂ ਛੱਡਿਆ ਜੀ, ਸਿਰਫ ਸਾਡੀ ਇਹ ਗੱਲ ਸੀਗੀ ਸਾਡੇ 5 ਦਿਨ ਘੱਟ ਸੀ 10 ਸਾਲ ਤੋਂ ਜਾਂ 10 ਦਿਨ ਘੱਟ ਸੀ, ਪਰ ਇਹਨਾਂ ਨੇ 31 ਅਗਸਤ ਦਾ ਸਮਾਂ ਰੱਖਿਆ ਸੀ, 31 ਅਗਸਤ ਤੱਕ ਤਾਂ ਅਸੀਂ ਸਮਾਂ ਪੂਰਾ ਕਰਤਾ ਸੀ ਨਾ ਸਰ, Sir Bansal, good afternoon. I'm at the tank over here where these lady teachers have climbed the tank, you know, and they want justice. I mean to say, if the other people have got their pays increased, then I think they should equally be given the same opportunity. Will you come and see them and talk to them? No, it should be. No, it should be because their colleagues have got that extra amount of pay and money. Article 14 says everyone is equal before the law, and then I think you should you forcefully put the case up. You can't see these ladies up in the tower. It's a shameless thing for us, for me as an MP and you as an administrator, to see these and will you ask the doctors to come and check them up and see if you can sort of send some biscuits and bread for them and sort of do something for them. Send the doctors to examine them and then I think the deputy commissioner, and you can write to the education secretary also separately instead of just waiting for the minister to take the decision. And Anna, we'd be more understanding than the minister. Oh, please.